ਨਹੀਂ ਸਾਡੇ ਬਾਈ ਦੀ ਤਸਵੀਰ ਨਹੀਂ ਸੀ ਆਈ, ਉਂਝ ਸਾਨੂੰ ਇਹ ਪਤਾ ਚੱਲਿਆ ਸੀ ਕਿ ਬਾਈ ਉਹ ਕਤਲ ਹੋ ਗਿਆ। ਸਾਨੂੰ ਇਹ ਪਤਾ ਚੱਲਿਆ ਸੀ ਕਿ ਫਲਾਣੇ ਇਲਾਕੇ ਦਾ, ਫਲਾਣੇ ਜ਼ਿਲ੍ਹੇ ਦਾ, ਫਲਾਣੀ ਥਾਂ ਦਾ ਐਸ ਨਾਂ ਦਾ ਬੰਦਾ, ਉਹ ਫਿਰ ਅਸੀਂ ਪਿੱਟੋ ਕੁੱਟਾ ਕੀਤੀ, ਜਾਣ ਪੜਤਾਲ ਕੀਤੀ, ਫਿਰ ਸਾਨੂੰ ਪਤਾ ਲੱਗਾ ਕਿ ਉਹ ਸਾਡਾ ਹੀ ਸੀ। हमें इंसाफ चाहिए। अच्छा, लास्ट टाइम पापा के साथ बात हुई थी तो क्या बात हुई थी आपकी? यही कि हम जा रहे हैं और सिंगलर नहीं उतर आ रहे हैं, अभी सिंगलर नहीं आ रहे, हम बात नहीं अब करेंगे, बस अच्छा। यही बात हुई थी। तुम बलूचिस्तान में और उसमें एक ये भी फैमिली है, ये देखें जी यहाँ पे लाश पड़ी हुई है, रोड के बीच में बैठे हुए इंसाफ के लिए, लेकिन हुकूमत का नुमाइंदा अभी तक यहाँ पे नहीं पहुंचा। बात करते हैं और सारा माजी जानते हैं। अस्सलाम वालेकुम। ਵਾਲਕਮ ਸਾਹਿਬ। ਅੱਛਾ ਬਾਜੀ, ਤੁਸੀਂ ਮੈਨੂੰ ਦੱਸੋ ਕਿ ਹਕੂਮਤ ਦਾ ਨੁਮਾਇੰਦਾ ਤੁਹਾਡੇ ਕੋਲ ਆਇਆ, ਤੁਸੀਂ ਕਦੋਂ ਸਵੇਰ ਤੋਂ ਬੈਠੇ ਹੋ? ਕੋਈ ਅਸੀਂ ਸਵੇਰ ਤੋਂ ਬੈਠੇ ਹਾਂ। ਅੱਛਾ, ਇਹ ਬਾਈ ਕੰਮ ਕੀ ਕਰਦੇ ਸੀ? ਬਾਈ ਟਰੱਕ ਡਰਾਈਵਰ ਸੀ, ਮਜ਼ਦੂਰੀ ਕਰਨ ਗਿਆ ਸੀ, ਉੱਥੇ ਉਹਨਾਂ ਜ਼ਾਲਮਾਂ ਨੇ ਫੜ ਕੇ ਲਾਮ ਕਰ ਦਿੱਤਾ ਬਾਈ। ਤੁਹਾਨੂੰ ਕਿਵੇਂ ਫੋਨ ਆਇਆ, ਤੁਹਾਨੂੰ ਕਿਹਨੇ ਦੱਸਿਆ ਸੀ ਫੋਨ ਕਰਕੇ? ਸਾਨੂੰ ਬਾਈ ਕੋ ਟਰੱਕ ਡਰਾਈਵਰ ਸੀ, ਉਹਨੇ ਅੱਗੇ ਕਾਲਾ ਕਾਲਾ ਕਰ ਕਰਕੇ ਉਹਨੇ ਉਸ ਤਰ੍ਹਾਂ ਸਾਡੇ ਪਿੰਡ 'ਚ ਖਬਰ ਪਹੁੰਚਾਈ। ਸਾਡੇ ਬੱਚਿਆਂ ਦਾ ਵਜ਼ੀਫਾ ਲਾਵੇ, ਸਾਡੇ ਬੱਚਿਆਂ ਨੂੰ ਮਦਦ ਦੇਵੇ, ਉਹਨਾਂ ਦਾ ਕਾਰ ਨਹੀਂ ਹੈਗਾ, ਉਹ ਕਾਰ ਤੋਂ ਮਤਲਬ ਬੇਕਾਰ ਨੇ ਕਿਰਾਏ ਤੇ ਰੁਲਣ ਡਏ ਨੇ, ਠੀਕ ਹੈ, ਉਹਨਾਂ ਨੂੰ ਮਦਦ ਦੇਵੇ, ਉਹਨਾਂ ਦਾ ਮਹੀਨੇ ਦਾ ਰਾਸ਼ਨ ਲਾਵੇ, ਸਾਡਾ ਹਕੂਮਤ ਨਾਲ ਇਮਤਾ, ਠੀਕ ਹੈ। ਫਿਰ ਟੀਵੀ ਤੇ ਪੱਟੀ ਚੱਲੀ ਹੈ, ਫਿਰ ਅਸੀਂ ਵੀਰੇ ਉਹ ਵੇਖੀ, ਫਿਰ ਸਾਨੂੰ ਪੱਕੀ ਗੱਲ ਹੋਈ ਕਿ ਸਾਡੀ ਇਹ ਪੱਕੀ ਗੱਲ, ਠੀਕ ਹੈ। ਤੁਸੀਂ ਸਵੇਰ ਕਿੰਨੇ ਵਜੇ ਤੋਂ ਬੈਠੇ ਹੋਏ ਇੱਥੇ? ਭਾਈ ਅਸੀਂ ਸਵੇਰ 1 ਵਜੇ ਤੋਂ ਬੈਠੇ ਹੋਏ। ਕੋਈ ਹਕੂਮਤ ਦਾ ਨੁਮਾਇੰਦਾ, ਕੋਈ ਐਸਾ ਕੋਈ ਤੁਹਾਡੇ ਕੋਲ ਅਫੀਸਰ ਆਇਆ, ਕੋਈ ਜਿਹਨੇ ਤੁਹਾਡੀ ਗੱਲ ਸੁਣੀ ਹੋਵੇ? ਨਹੀਂ ਭਾਈ, ਸਾਡੇ ਕੋਲ ਕੋਈ ਬੰਦਾ ਨਹੀਂ ਆਇਆ। ਅੱਛਾ, ਸਾਡੇ ਕੋਲ ਸੁਣੇ ਕੋਈ ਨਹੀਂ ਆਇਆ। ਕਿੰਨੇ ਬੱਚੇ ਨੇ ਬਾਈ? ਭਾਈ ਬੱਚੇ ਮੇਰੇ ਬਾਈ ਦੇ 7 ਨੇ। 7 ਬੱਚੇ ਨੇ? 7 ਬੱਚੇ ਨੇ, ਸਾਰਿਆਂ ਤੋਂ ਵੱਡੀ ਉਹ ਬੱਚੀ ਹੈ, ਠੀਕ ਹੈ। ਇਧਰ ਆ ਮੇਰੇ ਕੋਲ, ਇੱਥੇ ਖਲੋ ਸਾਰੇ। ਇਹ ਮੇਰੀ ਬੱਚੀ, ਇਹ ਵੱਡੀ ਬੱਚੀ ਹੈ, ਉਸ ਤੋਂ ਛੋਟੀ ਹੈ ਵੇ, ਇਹ ਬੱਚੇ ਨੇ ਸਾਰੇ। ਇੱਕ ਬੱਚਾ ਦੁੱਧ ਪੀਣ ਵਾਲਾ, ਉਹ ਗੋਦ ਵਿੱਚ, ਠੀਕ ਹੈ। ਅੱਛਾ, ਤੇ ਟਰੱਕ ਡਰਾਈਵਰ ਸੀ, ਮਤਲਬ ਗੱਡੀ ਚਲਾਉਂਦੇ ਸੀ, ਉਧਰ ਬਲੋਚਿਸਤਾਨ ਵਾਲੇ ਜਾਂਦੇ ਸੀ? ਜਾਂਦੇ ਸੀ, ਪਹਿਲੇ ਵੀ ਆਮ ਜਾਂਦੇ ਪਾਕਿਸਤਾਨ ਵਿੱਚ? ਪਹਿਲੇ ਵੀ ਉਧਰ ਜਾਂਦੇ ਸੀ? ਜੀ ਭਾਈ, ਆਲੇ ਪਾਕਿਸਤਾਨ ਵਿੱਚ ਜਾਂਦੇ ਸੀ, ਰੋਜ਼ੀ ਕਮਾਉਣ ਜਾਂਦੇ ਸੀ, ਠੀਕ। ਰੋਜ਼ੀ ਕਮਾ ਕੇ ਲਿਆ ਕੇ ਨਾ ਬੱਚਿਆਂ ਨੂੰ ਦਿੰਦੇ ਸੀ। ਤੇ ਕਦ ਕਿੰਨੇ ਬਾਈ ਨੇ, ਇਹਨੇ ਕਿੰਨੇ ਭਰਾ ਨੇ ਜੀ ਕਮਾਉਂਦੇ ਸੀ? ਦੋ ਭਰਾ, ਉਹ ਵੀ ਸ਼ਾਦੀਸ਼ੁਦਾ ਹੈ, ਉਹਦੇ ਵੀ ਬੱਚੇ ਨੇ। ਆਪਣੇ ਲੈ ਲੈ ਘਰ ਵਾਲਾ ਸੀ? ਹਾਂ, ਆਪਣੇ ਲੈ ਦਾ ਘਰ ਵਾਲਾ ਸੀ ਭਾਈ, ਉਹਦਾ ਘਰ ਨਹੀਂ ਹੈਗਾ, ਸੀ ਕਿਰਾਏ ਤੇ ਸੀ, ਠੀਕ ਹੈ। 7 ਬੱਚੇ ਨੇ, 20 ਬੱਚਿਆਂ ਵਾਲਾ ਸੀ, ਠੀਕ ਹੈ। ਇਸ ਲਈ ਵਿਚਾਰਾ ਪਰਦੇਸ ਵਿੱਚ ਰੋਲਣ ਗਿਆ। ਲਾਸਟ ਟਾਈਮ ਮੈਂ ਕਦੋਂ ਕਰੋ ਗਿਆ ਸੀ ਮਜ਼ਦੂਰੀ ਵਾਸ? 23 ਤਰੀਕ। 23 ਤਰੀਕ ਦਾ ਗਿਆ? ਹਾਂ ਜੀ, 23 ਤਰੀਕ ਦਾ ਗਿਆ, ਤੇ 25 ਵਾਲੇ ਦਿਨ ਸਾਨੂੰ ਫੋਨ ਆਇਆ, 24 ਸਿਦਾਦ ਦੇ ਰਾਤ ਦੀ ਕਤਲ ਹੋਇਆ, 25 ਵਾਲੇ ਦਿਨ ਉਹ ਪੱਟੀ ਚੱਲੀ ਹੈ, ਅਸੀਂ ਪਛਾਣਿਆ, ਫਿਰ ਅਸੀਂ ਮਤਲਬ ਇੱਕ ਦੂਸਰੇ ਨੂੰ ਮੀਡੀਆ ਦੇ ਵਿੱਚ ਤਸਵੀਰ ਆਈ ਸੀ? ਹਾਂ ਜੀ, ਨਹੀਂ ਸਾਡੇ ਬਾਈ ਦੀ ਤਸਵੀਰ ਨਹੀਂ ਸੀ ਆਈ, ਉਂਝ ਸਾਨੂੰ ਇਹ ਪਤਾ ਚੱਲਿਆ ਸੀ ਕਿ ਬਾਈ ਉਹ ਕਤਲ ਹੋ ਗਿਆ, ਸਾਨੂੰ ਇਹ ਪਤਾ ਚੱਲਿਆ ਸੀ ਕਿ ਫਲਾਣੇ ਇਲਾਕੇ ਦਾ, ਫਲਾਣੇ ਜ਼ਿਲ੍ਹੇ ਦਾ, ਫਲਾਣੀ ਥਾਂ ਦਾ ਐਸ ਨਾਂ ਦਾ ਬੰਦਾ, ਉਹ ਫਿਰ ਅਸੀਂ ਪਿੱਟੋ ਕੁੱਟਾ ਕੀਤੀ, ਜਾਣ ਪੜਤਾਲ ਕੀਤੀ, ਫਿਰ ਸਾਨੂੰ ਪਤਾ ਲੱਗਾ ਕਿ ਉਹ ਸਾਡਾ ਹੀ ਸੀ। ਤੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਮਿਲਿਆ ਫਿਰ? ਸਾਨੂੰ ਬਾਈ ਅੱਜ ਮਿਲਿਆ। ਅੱਜ ਮਿਲਿਆ? ਅੱਜ ਮਿਲਿਆ। 3 ਦਿਨ ਹੋ ਗਏ ਨੇ? 3 ਦਿਨ ਹੋ ਗਏ ਨੇ ਸਾਨੂੰ ਅੱਜ ਮਿਲਿਆ, 3 ਦਿਨਾਂ। ਤੇ ਹਕੂਮਤ ਨੂੰ ਕੀ ਕਹਿਣਾ ਚਾਹੁੰਦੇ, ਦਾਰੇ ਨੂੰ ਕੀ ਕਹਿਣਾ ਚਾਹੁੰਦੇ ਹੋ? ਬਾਈ ਸਾਡੇ ਬੱਚਿਆਂ ਦਾ ਵਜ਼ੀਫਾ, ਬੱਚਿਆਂ ਦਾ ਵਜ਼ੀਫਾ ਲਾਉਣਾ ਚਾਹੁੰਦੇ, ਵਜ਼ੀਫਾ ਲਾਉਣਾ ਚਾਹੁੰਦੇ, ਫਿਰ ਸਾਡੀ ਆਵਾਮ ਮਤਲਬ ਸਾਡੀ ਪ੍ਰਜਾਈ ਦਾ ਖਰਚਾ ਮਹੀਨੇ ਦਾ ਦੇਣ, ਉਹਨੂੰ ਕੋਈ ਮਦਦ ਦੇ। ਤੁਸੀਂ ਬਾਜੀ ਹੋ ਇਹਨਾਂ ਦੇ? ਹਾਂ ਜੀ, ਮੇਰਾ ਬਾਈ। ਠੀਕ ਹੈ, ਤੁਸੀਂ ਵੱਡੇ ਬਾਜੀ ਹੋ? ਹਾਂ, ਮੇਰਾ ਬਾਈ ਬੇਨਾ, ਮੇਰਾ ਬਾਈ ਕਜ਼ਨ ਹੈ ਮੇਰਾ। ਅੱਛਾ, ਕਜ਼ਨ ਹੈ, ਕਜ਼ਨ। ਅੱਛਾ ਬੇਟਾ, ਕੀ ਕਹਿਣਾ ਚਾਹਤੀ ਆਪਕੇ ਪਾਪਾ ਦੁਨੀਆ ਮੇਂ ਨਹੀਂ ਰਹੇ, ਕੀ ਕਹਿਣਾ ਚਾਹੇਂਗੇ? ਹਮੇਂ ਇਨਸਾਫ ਚਾਹੀਏ, ਹਮੇਂ ਬੱਚਿਆਂ ਦਾ ਕੌਣ ਹੈ?
हम गरीब लोग हैं, हमें इंसाफ चाहिए। अच्छा, लास्ट टाइम पापा के साथ बात हुई थी तो क्या बात हुई थी आपकी? यही कि हम जा रहे हैं और सिंगलर नहीं उतर आ रहे हैं, अभी सिंगलर नहीं आ रहे, हम बात नहीं अब करेंगे, बस अच्छा। यही बात हुई थी। तो पापा कितने दिन हो गए थे आप घर से गए हुए थे? हफ्ते दिन गए थे जी। तो जब आपको पता चला कि आपके पापा इस दुनिया में नहीं, तो आप कहाँ पे थे उस वक्त? हम लाहौर थे। लाहौर में थे जी।